ਪੰਜਾਬ ਦੇ ਵਿੱਚ ਪੰਚਾਇਤੀ ਚੋਣਾਂ ਦਾ ਵਿਗਲ ਵੱਜ ਚੁੱਕਿਆ। ਇੱਕ ਪਾਸੇ ਜਿੱਥੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਕਿਹਾ ਗਿਆ ਕਿ ਪੰਚਾਇਤੀ ਚੋਣਾਂ ਬੜੇ ਅਮਨ ਸ਼ਾਂਤੀ ਦੇ ਨਾਲ ਕਰਾਈਆਂ ਜਾਣਗੀਆਂ, ਉੱਥੇ ਦੂਜੇ ਪਾਸੇ ਜਦੋਂ ਪਿੰਡ ਦੇ ਲੋਕ ਪਹੁੰਚਦੇ ਨੇ ਤਾਂ ਉਹਨਾਂ ਵੱਲੋਂ ਦੱਸਿਆ ਜਾਂਦਾ ਕਿ ਸਾਡੀ ਜਿਹੜੀ ਆ ਵੋਟ ਆ ਉਹ ਕੱਟ ਦਿੱਤੀ ਗਈ ਹੈ। ਇਸ ਦੇ ਬੇਵਜ਼ ਦੇ ਵਿੱਚ ਪ੍ਰਤਾਪ ਸਿੰਘ ਬਾਜਵਾ ਜੋ ਵਿਰੋਧੀ ਧਿਰ ਦੇ ਨੇਤਾ ਨੇ, ਉਹਨਾਂ ਨੇ ਚੋਣ ਕਮਿਸ਼ਨ ਕੋਲ ਇੱਕ ਸ਼ਿਕਾਇਤ ਵੀ ਕੀਤੀ ਸੀ। ਪਰ ਮੈਂ ਤਸਵੀਰਾਂ ਮੇਰੇ ਸਾਥੀ ਨੂੰ ਕਹੂੰਗਾ ਦਿਖਾਉਣੀ ਚਾਹੂੰਗੇ, ਇਹ ਅਲੱਗ ਅਲੱਗ ਪਿੰਡਾਂ ਦੇ ਉਹ ਉਮੀਦਵਾਰ ਨੇ ਜਾਂ ਉਹ ਸਰਪੰਚੀ ਜਿਹੜੇ ਲੜਨ ਦੇ ਉਮੀਦਵਾਰ ਨੇ, ਅਤੇ ਕੁਛ ਵੋਟਰ ਵੀ ਨੇ ਜਿਹੜੇ ਇੱਥੇ ਪਹੁੰਚੇ ਨੇ, ਅੱਜ DC ਦਫ਼ਤਰ ਮੋਹਾਲੀ ਦੇ ਵਿੱਚ ਮੋਹਾਲੀ ਦੇ ਵਿੱਚ ਪਹੁੰਚੇ ਨੇ, ਜਿਨ੍ਹਾਂ ਵੱਲੋਂ ਇਹ ਕੰਪਲੇਂਟ ਕੀਤੀ ਜਾ ਰਹੀ ਹੈ ਕਿ ਸਾਡੀਆਂ ਜਿਹੜੀਆਂ ਵੋਟਾਂ ਨੇ ਉਹ ਕੱਟ ਦਿੱਤੀਆਂ ਗਈਆਂ ਨੇ, ਅਤੇ ਅੱਜ ਜਿਹੜੇ ਵੋਟਰ ਬਣਾਉਣ ਦੀ ਪਹੁੰਚੇ ਸਨ ਅਤੇ ਕਾਫੀ ਜ਼ਿਆਦਾ ਪਰੇਸ਼ਾਨ ਵੀ ਨਜ਼ਰ ਆ ਰਹੇ ਸਾਡੇ ਨਾਲ ਸਾਰੀ, ਉਹਨਾਂ ਨੇ ਗੱਲਬਾਤ ਕੀਤੀ ਹੈ ਅਤੇ ਗੱਲਬਾਤ ਹੁਣ ਤੁਹਾਡੇ ਨਾਲ ਵੀ ਅਸੀਂ ਤੁਹਾਡੇ ਰੂਬਰੂ ਕਰਾਵਾਂਗੇ। ਭਾਅ ਜੀ ਕੀ ਨਾਮ ਹੈ ਅਤੇ ਕੀ ਗੱਲ ਹੋਈ ਹੈ? ਹਰਪ੍ਰੀਤ ਗਿੱਲ ਜੀ, ਮੈਂ ਝਾਂਪੁਰ ਤੋਂ। ਭਾਅ ਜੀ ਗੱਲ ਇੱਦਾਂ ਹੈ, 1033 ਵੋਟਾਂ ਰਹਿ ਗਈਆਂ, 1336 ਵੋਟਾਂ ਸੀ, ਦਿਖਾਓ ਜ਼ਰਾ ਕੈਮਰੇ 'ਚ ਦਿਖਾਇਓ ਜੀ, 303 ਵੋਟਾਂ ਕੱਟ ਦਿੱਤੀਆਂ। ਫਿਰ ਕਿੱਥੋਂ ਅਮਨ ਦਾ ਨਾਲੇ ਕਿੱਥੋਂ ਸਕੂਨ ਦਾ ਇਲੈਕਸ਼ਨ ਹੈ ਮੈਨੂੰ ਦੱਸੋ। ਅਤੇ ਜੇ ਸੰਵਿਧਾਨ ਦੇ ਅਕੋਰਡਿੰਗ ਜੀ ਵੀ ਆਪਾਂ ਆ ਜਾਈਏ ਤਾਂ ਵੀ ਨਹੀਂ ਉਹ ਕੱਟ ਸਕਦੇ, ਉਹਨਾਂ ਨੇ BDPO ਸਾਹਿਬ ਕੋਈ ਰਸਤਾ ਨਹੀਂ ਦੇ ਰਹੇ। ਇੱਧਰ ਸਵੇਰ ਦੇ ਅਸੀਂ ਖੱਜਲ ਖਰਾਬ ਹੋ ਰਹੇ, ਉੱਧਰ ਚਲ ਜਾਓ, SDM ਕੋਲ ਚਲ ਜਾਓ, DC ਸਾਹਿਬ ਕੋਲ ਚਲ ਜਾਓ, ਜਾਂ ਉੱਧਰ ਚਲ ਜਾਓ, ਕੋਈ ਹੱਥ ਪੱਲਾ ਨਹੀਂ ਚੱਜ ਨਾ ਫੜਾ ਰਿਹਾ। ਹੁਣ ਵੀ ਕਹਿੰਦੇ ਤੁਹਾਡੀ ਫਰਾਈਡੇ ਦੀ ਰਿਪੋਰਟ ਹੈ ਅਤੇ ਆਪਾਂ ਤੁਹਾਡੀ ਕੰਪਲੇਂਟ ਤੁਹਾਡੀ ਆਉਣ ਵਾਲੀ ਹੈ ਜੀ, ਜੋ ਵੀ ਰਿਪੋਰਟ ਹੈ, ਬਟ ਜੇ ਆ ਗਈ ਹੈ ਤਾਂ ਸਾਨੂੰ ਦੇ ਦਿਓ। ਇਹੀ ਤਾਂ ਮਤਲਬ ਤੰਗ ਕਰਨ ਵਾਲਾ ਕੰਮ ਹੈ ਨਾ, ਤੁਸੀਂ ਆਹ ਦੇਖ ਸਕਦੇ ਹੋ 1336। ਮੇਰੇ ਸਾਥੀ ਨੂੰ ਕਹੂੰਗਾ ਇੱਕ ਵਾਰ ਜ਼ਰੂਰ ਉਹ ਲਿਸਟ ਦਿਖਾਈ ਜਾਵੇ, 1336 ਹੈ ਨਾ ਜੀ, ਇੱਧਰ 1033, 303 ਵੋਟਾਂ ਕੱਟਦੀਆਂ ਸਿੱਧੀਆਂ। ਅਤੇ ਤੁਸੀਂ ਮਿਲੇ ਹੋ ਕਿਸੇ ਜਿਹੜੇ ਅਧਿਕਾਰੀ ਨੂੰ? ਸਰ ਸਵੇਰ ਦੇ ਇਹੀ ਕੰਮ ਚੱਲ ਰਿਹਾ ਜੀ, ਕਦੀ ADC ਮੈਡਮ ਨੂੰ, ਕਦੀ SDM ਮੈਡਮ ਨੂੰ, ਕਦੀ ਤਹਿਸੀਲਦਾਰ ਜੀ ਨੂੰ, ਕਦੀ ਨਾਇਬ ਤਹਿਸੀਲਦਾਰ ਜੀ ਨੂੰ, ਉਹ ਫਿਰ ਕਦੀ ਕਿਸੇ ਕੋਲ, ਅੱਗੇ ਤੋਂ ਅੱਗੇ ਮਤਲਬ ਦੌੜ ਭੱਜ ਕਰਾ ਰਹੇ ਆ। ਕੋਈ ਕਾਰਨ ਕੀ ਲੱਗਦਾ, ਪਾਰਟੀਬਾਜ਼ੀ ਗੁੱਟਬਾਜ਼ੀ ਕਰਕੇ? ਦੇਖੋ ਜੀ, ਇਹ ਤਾਂ ਹੁਣ ਇਹਨਾਂ ਨੂੰ ਹੀ ਪਤਾ ਹੋਣਾ ਕਿ ਇੱਕ ਪਾਸੇ ਸਰਕਾਰ ਕਹਿ ਰਹੀ ਵੀ ਆਪਾਂ ਆਰਾਮ ਨਾਲ ਕਰਾ ਰਹੇ ਹਾਂ ਤਾਂ ਤੁਹਾਡੇ ਸਾਹਮਣੇ ਹੀ ਆ ਸਾਰਾ ਕੁਛ, ਗੁੱਟਬਾਜ਼ੀ ਹੈ ਇਹ ਤਾਂ ਸਿੱਧੀ ਸਿੱਧੀ। ਕੀ ਕਹਿਣਾ? ਇਸ ਤਰ੍ਹਾਂ ਤਾਂ ਭਾਅ ਜੀ, ਮੈਨੂੰ ਇੱਥੇ ਚੰਡੀਗੜ੍ਹ ਤੋਂ ਜੋ ਹੈ ਮੈਨੂੰ 30 ਸਾਲ ਹੋ ਗਏ ਨੇ, ਅੱਜ ਤੱਕ ਕਦੇ ਨਹੀਂ ਹੋਇਆ ਕਿ ਸਾਡੀ ਵੋਟ ਜਿਹੜੀ ਹੈ ਉਹ ਕੱਟੀ ਗਈ। ਲੇਕਿਨ ਮੈਂ 3 ਸਾਲ ਪਹਿਲੇ ਜਾਂ ਇੱਥੇ ਝਾਮਪੁਰ ਆਇਆ ਅਤੇ 2 ਵਾਰੀ ਮੈਂ ਐਕਚੁਅਲੀ ਮੈਂ ਵੋਟ ਦੇ ਚੁੱਕਿਆ, ਲੇਕਿਨ ਇਸ ਵਾਰੀ ਦੇਖਿਆ ਤਾਂ ਮੇਰਾ ਨਾਂ ਜੋ ਹੈ ਕੱਟਤਾ। ਕਿਉਂ ਕੱਟਦਾ? ਇਹ ਤਾਂ ਇਹ ਜਾਣੇ ਨਾ, ਤਾਂ ਕੋਈ ਜੋ ਹੈ ਉੱਧਰ ਕੋਈ ਦੇਖਣੇ ਕੇ ਲਈ ਆਇਆ ਕਿ ਹੈ ਯਹਾਂ ਪੇ ਕਿ ਨਹੀਂ। ਪਹਿਲੇ ਅਸੀਂ ਕਿਰਾਏ 'ਤੇ ਰਹਿੰਦੇ ਸੀ, ਤਦ ਕਿਸੇ ਨੇ ਕੱਟੀ ਨਹੀਂ ਹੈ। ਹੁਣ ਜਦ ਆਪਣਾ ਮਕਾਨ ਬਣਾ ਲਿਆ ਤਾਂ ਹੁਣ ਜਦ ਸਾਡੀਆਂ ਵੋਟਾਂ ਕੱਟਦੀਆਂ, ਤਾਂ ਇਹਦਾ ਮਤਲਬ ਇਹ ਤੱਕ ਹੈ ਕਿ ਅੱਜ ਤਾਂ ਸਾਡੀਆਂ ਵੋਟਾਂ ਕੱਟਦੀਆਂ ਅਤੇ ਕੱਲ੍ਹ ਨੂੰ ਹੋ ਸਕਦਾ ਸਾਡੀਆਂ ਘਰ ਵੀ ਛੱਡ ਛਿਨ ਲੈਣ। ਕਿੰਨੀਆਂ ਵੋਟਾਂ ਤੁਹਾਡੇ ਆਪਣੇ ਪਰਿਵਾਰ ਦੀ? ਮੇਰੀ ਜੇ 6 ਵੋਟਾਂ ਨੇ, 6 ਦੀਆਂ 6 ਕੱਟ ਗਈਆਂ, ਮੇਰੀ ਜੋ ਹੈ ਉਹ 3 ਵੋਟਾਂ ਕੱਟੀ ਹੋਈ ਹੈ। ਤੁਸੀਂ ਪੁੱਛਿਆ BLO ਨੂੰ ਜਾ ਕੇ ਜਾਂ ਜਿਹੜੇ ਤੁਹਾਡੇ ਦਫ਼ਤਰ ਜਿਹੜੇ ਅਧਿਕਾਰੀ ਸੀ ਤੁਹਾਡੇ ਕੋਲ ਆਏ ਆ? ਸਰ ਕੋਈ ਰਾਸਤਾ ਹੀ ਨਹੀਂ ਹੈ ਸਰ, ਅਸੀਂ ਤਾਂ ਆਪਣੇ ਪ੍ਰਧਾਨ ਜੀ ਨੂੰ ਪੁੱਛਿਆ ਅਤੇ ਜਿਨ੍ਹਾਂ ਨੂੰ ਵੀ ਉਹ ਜਿਤਨਾ ਸਰਪੰਚ ਸਾਹਿਬ ਨੂੰ ਪੁੱਛਿਆ ਸੀ ਅਤੇ ਕੋਈ ਪਤਾ ਹੀ ਨਹੀਂ ਹੈ, ਤਾਂ ਕੁਝ ਕਹਿੰਦੇ ਜੀ ਤੁਸੀਂ ਉੱਥੇ ਜਾ ਕੇ ਆਓ। 3 ਰੀਜ਼ਨ ਹੈ ਜੀ, ਕਿੱਥੇ ਜਾ ਸਕਦੇ ਅਸੀਂ? ਜਾਂ ਤਾਂ ਫਾਰਮ ਨੰਬਰ 7 ਅਤੇ ਉਸ ਤੋਂ ਬਾਅਦ ਦੂਸਰਾ ਹੈਗਾ ਇੱਕ ਵੀ ਬੰਦਾ ਦੇਖਣ ਗਿਆ, ਕੋਈ ਸਰਕਾਰੀ ਬੰਦਾ ਦੇਖਣ ਗਿਆ, ਅਫਸਰ ਗਿਆ ਦੇਖਣ, ਕੋਈ ਵੀ ਨਹੀਂ। ਤੀਸਰਾ ਰੀਜ਼ਨ ਹੈ ਬੰਦਾ ਜਾਂ ਕੋਰਟ ਦਾ ਕੋਈ ਕੇਸ ਹੈ ਜੀ, ਬੰਦਾ ਉੱਥੇ ਰਹਿ ਹੀ ਨਹੀਂ ਰਿਹਾ। ਇਹਨਾਂ ਤੋਂ 3 'ਚ ਕੋਈ ਰੀਜ਼ਨ ਨਹੀਂ, ਉੱਥੇ ਸਾਰੇ ਰਹਿ ਰਹੇ ਆਲਰੇਡੀ, ਕੋਈ ਚੈਕਿੰਗ ਤਾਂ ਨਹੀਂ, ਹਜੇ ਤੱਕ ਨਹੀਂ ਗਿਆ, ਰਿਪੋਰਟ ਕਿੱਦਾਂ ਬਣ ਗਈ ਸਾਡੇ ਤਾਂ ਇਹ ਵੀ ਨਹੀਂ ਸਮਝ ਆ ਰਹੀ। ਔਰ ਸਾਡੀ ਤਾਂ 3 ਮਹੀਨੇ ਕੀ ਗੱਲ ਹੈ, 3 ਮਹੀਨੇ ਕੀ ਹੈ? ਇਹ ਦੇਖੋ ਤੁਸੀਂ ਕੀ ਡੇਟ ਦਿਖਾ ਦਿਓ, 1336 ਵੋਟਾਂ ਸੀ MP ਇਲੈਕਸ਼ਨ, ਇਹ ਹੈ ਕੀ ਹੈ 1/4/2024 ਦੀ, 3 ਮਹੀਨਾ 'ਚ ਹੈ ਆਪਣੀ ਜੋ 1033 ਵੋਟਾਂ ਕੀ ਹੈ,
ਪੂਰਾ ਜੋ 300-350 ਵੋਟਾਂ ਕਾ ਪੂਰਾ ਫਰਕ ਆ ਗਿਆ। ਇਹ ਜੋ ਲਿਸਟ ਹੈ ਇਹ ਆਪਣੀ ਹੈ 7/1/2024। ਮਤਲਬ ਬੇਸਿਕਲੀ ਗੱਲ ਕਰੀਏ ਵੀ ਜਿਹੜੀਆਂ ਤੁਹਾਡੀਆਂ ਵੋਟਾਂ ਨੇ ਉਹ ਤਕਰੀਬਨ 300 ਦੇ ਕਰੀਬ ਤੁਹਾਡੇ ਏਰੀਏ ਜਿਹੜੀਆਂ ਉਹ ਵੋਟਾਂ ਕੱਟੀਆਂ ਗਈਆਂ ਨੇ। ਹਾਂਜੀ ਹਾਂਜੀ, ਪੁਰਾਣੀ ਲਿਸਟ ਦੇ ਵਿੱਚ ਹੈਗੀਆਂ ਨੇ ਪੁਰਾਣੀ ਲਿਸਟ 'ਚ ਹੈਗੀ ਹੈ ਸਿਰ ਪੰਚਾਇਤੀ ਜਿਹੜੀ ਲਿਸਟ ਆਉਂਦੀ ਉਹਦੇ ਵਿੱਚ ਕੱਟੀਆਂ ਗਈਆਂ। ਹਾਂਜੀ 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 ਹਾਂਜੀ। ਤਾਂ ਹੋਰ ਵੀ ਜਿਹੜੇ ਪਿੰਡ ਵਾਸੀ ਨੇ ਉਹ ਵੀ ਸਾਡੇ ਨਾਲ ਮੌਜੂਦ ਨੇ, ਫਾਰਮ ਭਰਨ ਆਏ ਸੀ ਬਾਈ, ਆਪ ਸਰਪੰਚੀ ਦੀ ਇਲੈਕਸ਼ਨ ਲੜ ਰਹੇ ਨੇ ਪਰ ਆਪਣੀ ਵੋਟ ਹੀ ਨਹੀਂ ਹੈਗੀ, ਤਾਂ ਗੱਲ ਕਰਦੇ ਹਾਂ ਬਾਈ ਕੀ ਨਾਮ ਹੈ ਅਤੇ ਕਿਹੜੇ ਪਿੰਡ ਤੋਂ ਆਏ? ਮੇਰਾ ਨਾਮ ਗੁਰਪ੍ਰੀਤ ਸਿੰਘ ਹੈ ਜੀ ਅਤੇ ਮੈਂ ਮੌਲੀ ਪਿੰਡ ਤੋਂ ਆਇਆ, ਮੌਲੀ ਵੈਦਵਾਨ ਤੋਂ। ਬਾਕੀ ਮੈਂ ਲਾਸਟ ਟਾਈਮ ਪਹਿਲੇ ਮੈਂ ਜਿਹੜੀ ਵੋਟ ਹੈ ਆਪਣਾ ਲੋਕ ਸਭਾ ਦੀ ਉਹ ਪਾਈ ਸੀਗੀ ਅਤੇ ਬਾਕੀ ਕੁਛ 15-20 ਵੋਟਾਂ ਨੇ ਜਿਹੜੀਆਂ ਸਾਡੇ ਪਰਿਵਾਰ ਦੀਆਂ ਮੇਰੇ ਮਿੱਤਰਾਂ ਦੀਆਂ ਹੈਗੀਆਂ ਨੇ ਜਿਹੜੀਆਂ ਖੁਦ ਮੈਂ ਅਪਲਾਈ ਕੀਤੀਆਂ ਸੀਗੀਆਂ ਅਤੇ ਉਹਨਾਂ 'ਚੋਂ ਇੱਕ ਵੀ ਵੋਟ ਜਿਹੜੀ ਨਵੀਂ ਲਿਸਟਾਂ ਦੇ ਵਿੱਚ ਹੈ ਹੀ ਨਹੀਂ ਹੈ। ਇਹ ਕਹਿੰਦੀ ਵੀ ਅਸੀਂ ਨਵੀਂ ਲਿਸਟਾਂ ਤੁਹਾਨੂੰ ਪ੍ਰੋਵਾਈਡ ਕਰਾਵਾਂਗੇ, ਕਦੋਂ ਕਰਵਾਉਣਗੇ? ਸਾਨੂੰ ਇਹੀ ਨਹੀਂ ਪਤਾ ਕਿ ਕਦੋਂ ਨਵੀਂ ਲਿਸਟਾਂ ਅਪਲਾਈ ਹੋਣਗੀਆਂ। ਸਾਡੇ ਨੌਜਵਾਨ ਜਿਹੜੇ ਮੁੰਡੇ ਹੈਗੇ ਨੇ ਉਹ ਵੋਟ ਦੇਣ ਲਈ ਤਿਆਰ ਨੇ, ਉਹ ਵੋਟਾਂ ਪਾਉਣ ਲਈ ਤਿਆਰ ਨੇ, ਆਪਣਾ ਇੱਕ ਨਵਾਂ ਨੁਮਾਇੰਦਾ ਅਤੇ ਨਵਾਂ ਆਪਣਾ ਕੋਈ ਪਿੰਡ ਦਾ ਨੁਮਾਇੰਦਾ ਉਹਨੂੰ ਚੁਣ ਲਈ ਤਿਆਰ ਨੇ, ਪਰ ਉਹਨਾਂ ਦੀ ਵੋਟ ਹੀ ਨਹੀਂ ਹੈ, ਉਹਨਾਂ ਦੀ ਵੋਟ ਹੀ ਨਹੀਂ ਹੈ। ਅਤੇ ਮੈਂ ਸਿਰਫ ਸਰਕਾਰ ਨੂੰ ਅਤੇ ਸਾਡੇ ਭਗਵੰਤ ਮਾਨ ਸਾਹਿਬ ਨੂੰ ਇਹੀ ਪੁੱਛਣਾ ਚਾਹ ਰਿਹਾ ਕਿ ਜਿਹੜੀ ਨਵੀਂ ਲਿਸਟ ਹੈ ਤੁਸੀਂ ਉਹ ਕਿਉਂ ਨਹੀਂ ਪ੍ਰੋਵਾਈਡ ਕਰਵਾਉਂਦੇ? ਅਸੀਂ ਜਦੋਂ ਨਵਾਂ ਡਾਟਾ ਦੇਖਦੇ ਹਾਂ ਤਾਂ 2018 ਦਾ ਡਾਟਾ ਸਾਨੂੰ ਚੱਕ ਕੇ ਦਿੱਤਾ ਗਿਆ ਜੋ ਕਿ ਪੁਰਾਣੀ ਸੀਗਾ, ਨਵਾਂ ਤਾਂ ਸਾਡੇ ਕੋਲ ਆਇਆ ਹੀ ਨਹੀਂ। ਸਾਡੀ 86 ਨੰਬਰ ਵਾਰਡ 86, 87, 88, 99 ਵਾਰਡ ਦੀ ਸੀਗੀ, ਬਟ ਉਸ ਤੋਂ ਬਾਅਦ ਅਸੀਂ ਜਦੋਂ ਹੁਣ ਚੈੱਕ ਕਰ ਰਹੇ ਹਾਂ ਤਾਂ ਉਹ 86 ਹੈ ਹੀ ਨਹੀਂ, 86 ਗਏ ਵੀ ਹੈ। ਉਹ ਕਹਿੰਦੇ ਅਸੀਂ ਕਲੱਬ ਕਰਤਾ ਜੀ, ਕਲੱਬ ਕਰਤਾ ਤਾਂ ਗਿਆ ਕਿੱਥੇ? ਉਹ ਲਿਸਟ ਦੇ ਵਿੱਚ ਹੈ ਹੀ ਨਹੀਂ। ਲੱਗਦਾ ਅਧਿਕਾਰੀਆਂ ਦੀ ਅਤੇ ਜਿਹੜੇ ਮਤਲਬ ਧਨਾਟ ਬੰਦਿਆਂ ਦੀ ਉਹਨਾਂ ਦੀ ਮਿਲੀ ਭੁਗਤ ਹੋ ਸਕਦੀ? ਅਸੀਂ ਦੇਖੋ ਜੀ ਇਹਦੇ ਬਾਰੇ ਕਹੀਏ ਕੀ, ਵੈਸੇ ਦੇਖਣ ਤਾਂ ਇਹੀ ਲੱਗਦਾ ਕਿ ਹੈਗਾ ਹੀ ਇਹੀ ਹੈ, ਕਿਉਂਕਿ ਜਦੋਂ ਇੱਕ ਪਾਸੇ ਮਾਨ ਸਰਕਾਰ ਦਾ ਇੱਕ ਲਾਸਟ ਟਾਈਮ ਬਿਆਨ ਇਹ ਸੀਗਾ ਕਿ ਜਿੱਥੇ SC ਵਰਗ ਜ਼ਿਆਦਾ ਹੈਗਾ, BC ਵਰਗ ਜ਼ਿਆਦਾ ਹੈਗਾ, ਉੱਥੇ ਅਸੀਂ ਪਹਿਲ ਦੇ ਆਧਾਰ 'ਤੇ ਉਹਨਾਂ ਨੂੰ ਅਸੀਂ ਮੌਕਾ ਦੇਵਾਂਗੇ, ਪਰ ਜਿੱਥੇ ਸਾਡੇ ਪਿੰਡ ਦੇ ਵਿੱਚ ਇਸ ਸਮੇਂ ਜਿਹੜਾ ਹੈਗਾ ਘੱਟੋ ਘੱਟ 70-75% SC ਵਰਗ ਅਤੇ BC ਵਰਗ ਹੈਗਾ, ਉਹਨਾਂ ਨੂੰ ਮੌਕਾ ਹੀ ਨਹੀਂ ਦਿੱਤਾ ਸੀਟ ਜਰਨਲ ਹੈ, ਜਦਕਿ ਲਾਸਟ ਟਾਈਮ ਪਹਿਲੇ ਵੀ ਜਰਨਲ ਸੀਟ ਸੀਗੀ। ਅਸੀਂ ਤਾਂ ਸਿਰਫ ਇਹੀ ਪੁੱਛਣਾ ਚਾਹੁੰਦੇ ਹਾਂ ਵੀ ਜੋ ਤੁਸੀਂ ਗੱਲਾਂ ਕਰਦੇ, ਜੋ ਤੁਸੀਂ ਵਾਅਦੇ ਕਰਦੇ ਹੋ ਲੋਕਾਂ ਨਾਲ, ਸਾਨੂੰ ਬਹੁਤ ਉਮੀਦ ਸੀਗੀ ਸਰਕਾਰ ਤੋਂ, ਬਟ ਅਸੀਂ ਹੁਣ ਇਹੀ ਦੇਖ ਰਹੇ ਹਾਂ ਕਿ ਸਰਕਾਰ ਕਰ ਕੀ ਰਹੀ ਹੈ, ਚੱਲ ਕੀ ਰਿਹਾ ਹੈ। ਬਾਕੀ ਜਿਹੜਾ ਮੋਹਤਵਾਰ ਬੰਦਾ ਹੈਗੇ ਉਹ ਅੱਗੇ ਆ ਜਾਂਦੇ ਆ, ਆਮ ਬੰਦਿਆਂ ਨੂੰ ਪਿੱਛੇ ਹੀ ਰੱਖਿਆ ਜਾਂਦਾ ਹੈਗਾ ਜੀ। ਕਿਹੜੇ ਅਫਸਰਾਂ ਨੂੰ ਮਿਲੇ ਆ ਤੁਸੀਂ ਹੁਣ? ਅਸੀਂ ਜੀ ਇੱਥੇ 26 ਤਾਰੀਖ ਤੋਂ ਅਸੀਂ ਚੱਕਰ ਲਗਾ ਰਹੇ ਹਾਂ, ਨੀਚੇ DC ਮੈਡਮ ਨੂੰ ਵੀ ਮਿਲ ਗਏ ਹਾਂ, ਅੱਜ ADC ਮੈਡਮ ਨੂੰ ਵੀ ਮਿਲੇ ਹਾਂ ਅਸੀਂ। ਉਸ ਤੋਂ ਬਾਅਦ 2 ਵਾਰ ਸਾਨੂੰ ਜ਼ਿਲ੍ਹਾ ਪਰਿਸ਼ਦ ਆਫਿਸ ਹੈਗਾ ਇੱਥੇ ਆਪਣਾ ਇਹਦੇ ਜੁਝਾਰ ਨਗਰ ਦੇ ਵਿੱਚ, ਅਸੀਂ 3 ਚੱਕਰ ਉੱਥੇ ਲਗਾਏ ਹਾਂ। ਅੱਜ ਸਵੇਰ ਦੇ ਸਾਨੂੰ ਕਦੇ ਜੁਝਾਰ ਨਗਰ, ਕਦੇ DC ਆਫਿਸ, ਕਦੇ ਚੁਝਾਰ ਨਗਰ, ਕਦੇ DC ਆਫਿਸ, ਅਸੀਂ ਮਤਲਬ ਸਾਨੂੰ ਇੱਕ ਲਾਸਟ ਆਪਸ਼ਨ, ਅਸੀਂ ਫਾਰਮ ਕਿਹਨੂੰ ਦਈਏ? ਗੱਲ ਕੀ ਹੈ, ਸਾਡੀਆਂ 3 ਵੋਟਾਂ ਹੈਗੀਆਂ ਨੇ, ਉਹਨਾਂ ਨੇ ਇੱਕ ਵੈਬਸਾਈਟ ਜਾਰੀ ਕੀਤੀ ਹੈ, ਕਹਿੰਦੇ ਉਹਦੇ ਵਿੱਚ ਸਾਰੀਆਂ ਲਿਸਟਾਂ 'ਚ ਨਾਮ ਹੈ, ਸਾਰਾ ਕੁਛ ਹੈਗਾ, ਕਹਿੰਦੇ ਤੁਹਾਨੂੰ ਕਿਸੇ ਪਰ ਅਸੀਂ ਮੰਨਦੇ ਹਾਂ, ਚਲੋ ਸਾਨੂੰ ਦਿਖਾਉਣ, ਕੋਈ ਸ਼ੋਅ ਤਾਂ ਕਰ ਦੇਣ ਸਾਨੂੰ, ਜੋ ਸਾਡੇ ਕੋਲ ਲਿਸਟ ਆ ਸਾਡੇ ਨਾਮ ਹੀ ਨਹੀਂ ਹੈਗੇ, ਜੇ ਕਿਤੇ ਵੈਬਸਾਈਟ 'ਤੇ ਪਾਇਆ ਹੈ, ਕੋਈ ਗੱਲ ਕੀਤੀ ਹੈ, ਸਾਡੇ ਕੋਲ ਆ ਵੀ ਤਾਂ ਸੀ, ਸਾਨੂੰ ਲਿਸਟਾਂ 'ਚ ਪਤਾ ਤਾਂ ਲੱਗੇ। ਪਰ ਹੁਣ ਅਸੀਂ ਸਿਰਫ ਇਹੀ ਇਹਨਾਂ ਨੂੰ ਪੁੱਛਣਾ ਚਾਹੁੰਦੇ ਹਾਂ ਵੀ ਜੇ ਤੁਹਾਡੇ ਕੋਲ ਨਵੀਆਂ ਲਿਸਟਾਂ ਹੈਗੀਆਂ ਨੇ ਤਾਂ ਸਾਨੂੰ ਜਲਦ ਤੋਂ ਜਲਦ ਪ੍ਰੋਵਾਈਡ ਕਰਵਾਈਆਂ ਜਾਣ, ਕਿਉਂਕਿ ਸਾਡੇ ਕੋਲ ਜਿਹੜਾ ਸਮਾਂ ਹੈਗਾ ਫਾਰਮ ਫਿਲਿੰਗ ਕਰਨ ਦਾ ਜੋ ਵੀ ਹੈਗਾ ਉਹ 4 ਤਰੀਕ ਲਾਸਟ ਹੈਗੀ ਹੈ, ਜਾਂ ਫਿਰ ਸਾਨੂੰ ਇੱਕ ਇਹੋ ਜਿਹਾ ਅਲਟਰਨੇਟ ਦਿੱਤਾ ਜਾਵੇ ਕਿ ਜਿਨ੍ਹਾਂ ਦੀ ਵੋਟ ਹੈਗੀ ਹੈ, ਜਿਵੇਂ ਮੈਂ ਕਹਿੰਦਾ ਵੀ ਮੇਰੀ ਵੋਟ ਹੈਗੀ ਹੈ ਪਿੰਡ ਮੌਲੀ ਵੈਦਵਾਨ ਦੇ ਵਿੱਚ ਹੈ, ਔਨਲਾਈਨ ਵੀ ਅਸੀਂ ਚੈੱਕ ਕਰ ਲਈ ਹੈ, ਸ਼ੋਅ ਹੋ ਰਹੀ ਹੈਗੀ, ਬਟ ਜੇ ਵੋਟ ਹੈਗੀ ਹੈ ਤਾਂ ਸਾਡੇ ਫੋਰਮ ਹੈ ਜਿਹੜੇ ਉਹ ਸਰਕਾਰ ਵੱਲੋਂ ਲਈ ਜਾਣ, ਤਾਂ ਕਿ ਸਾਨੂੰ ਜਿਹੜਾ ਚੋਣ ਲੈਣ ਦਾ ਜਿਹੜਾ ਸਾਡਾ ਅਧਿਕਾਰ ਹੈ ਉਹਨੂੰ ਮਤਲਬ ਸਿਰੇ 'ਚ ਲਾਇਆ ਜਾਵੇ। ਬਾਕੀ ਅਗਰ ਇਹਨਾਂ ਦਾ ਹੈਗਾ ਕਿ ਵੋਟਰ ਕਾਰਡ ਲਿਸਟ ਜਿਹੜੀ ਨਾ ਲੱਗਣੀ ਤਾਂ ਸਾਨੂੰ ਲਿਸਟ ਪ੍ਰੋਵਾਈਡ ਕਰਵਾਈ ਜਾਵੇ, ਜਾਂ ਜੇ ਇਹਨਾਂ ਨੂੰ ਕੋਈ ਥੋੜ੍ਹਾ ਸਮਾਂ ਲੱਗਦਾ, 2 ਦਿਨ ਲੱਗਦੇ ਆ, 4 ਦਿਨ ਲੱਗਦੇ ਆ, ਉਹਨਾਂ ਟਾਈਮ ਫੋਰਮ ਫਿਲਿੰਗ ਦਾ ਸਾਨੂੰ ਦਿੱਤਾ ਜਾਵੇ,
ਸਾਡੀਆਂ ਜਿੰਨੀਆਂ ਵੋਟਾਂ ਕੱਟੀਆਂ ਨੇ, ਜਿਵੇਂ ਭਾਈ ਸਾਹਿਬ ਕਹਿ ਰਹੇ ਨੇ 300-400 ਵੋਟ ਹੈ ਸਾਡੇ, ਮੇਰੇ ਮਿੱਤਰ ਪਿਆਰੇ ਹੈਗੇ ਨੇ ਜਿਨ੍ਹਾਂ ਦੀ ਵੋਟਾਂ ਕੱਟੀਆਂ ਹੋਈਆਂ ਨੇ, ਕੁਛ ਨਵੀਆਂ ਵੋਟਾਂ, ਲੱਗਦਾ ਵੀ ਜਿਹੜੇ ਬੰਦੇ ਉਮੀਦਵਾਰ ਖੜ੍ਹੇ ਹੋਣ ਦੀ ਚਾਹਵਾਨ ਨੇ, ਲੱਗਦਾ ਵੀ ਉਹਨਾਂ ਦੇ ਆਲੇ ਦੁਆਲੇ ਜਿਹੜੇ ਨੇੜੇ ਦੀਆਂ ਉਹਨਾਂ ਦੀਆਂ ਵੋਟਾਂ ਕੱਟੀਆਂ ਗਈਆਂ ਭਾਅ ਜੀ? ਉਹਨਾਂ ਲਈ ਬਿਲਕੁਲ ਸਰਾਸਰ ਤੱਕਾ ਹੈਗਾ, ਜੋ ਨੌਜਵਾਨ ਬੱਚੇ ਅੱਗੇ ਆਉਣਾ ਚਾਹ ਰਹੇ ਨੇ ਉਹਨਾਂ ਲਈ ਸਰਾਸਰ ਤੱਕਾ ਹੈਗਾ ਜੀ। ਸਰਪੰਚੀ ਦੀ ਚੋਣ ਹੈਗਾ, ਕੋਈ ਕਿਸੇ ਪਾਰਟੀ ਦਾ ਨੁਮਾਇੰਦਾ ਨਹੀਂ ਹੈਗਾ, ਇਹ ਸਿਰਫ ਇੱਕ ਪਿੰਡ ਦਾ ਸਰਵਪੱਖੀ ਕਾਰਜ ਦੇ ਲਈ ਬੰਦਾ ਚੁਣਿਆ ਜਾਂਦਾ। ਅਸੀਂ ਫਿਰ ਵੀ ਲਾਸਟ ਟਾਈਮ ਪਹਿਲਾਂ ਵੀ ਅਸੀਂ ਇਹ ਗੱਲ ਕਰੀ ਸੀ ਵੀ ਪਿੰਡ ਦੇ ਆਪਾਂ ਇਹਦੇ ਪਾਰਟੀ ਬਾਜੀ ਤੋਂ ਉੱਤੇ ਉੱਠ ਕੇ ਅਸੀਂ ਗੱਲ ਕਰਾਂਗੇ, ਪਰ ਅਸੀਂ ਸਰਕਾਰ ਨੂੰ ਸਿਰਫ ਰਿਕੁਐਸਟ ਇਹੀ ਕਰਨਾ ਚਾਹੁੰਦੇ ਹਾਂ, ਤੁਹਾਡੇ ਤੋਂ ਸਾਨੂੰ ਬਹੁਤ ਆਸ ਹੈਗੀ ਹੈ, ਬਹੁਤ ਉਮੀਦ ਹੈ ਤੁਹਾਡੇ ਤੋਂ, ਸਿਰਫ ਅਸੀਂ ਤੁਹਾਨੂੰ ਰਿਕੁਐਸਟ ਕਰਦੇ ਵੀ ਤੁਸੀਂ ਸਾਡਾ ਜਿਹੜਾ ਕੰਮ ਹੈਗਾ ਇਹਨੂੰ ਸਿਰੇ ਲਾਓ, ਵੋਟਰ ਲਿਸਟ ਜਿਹੜੀ ਹੈਗੀ ਸਾਨੂੰ ਕੱਲ੍ਹ ਤੱਕ ਪ੍ਰੋਵਾਈਡ ਕਰਵਾਈ ਜਾਵੇ, ਕਿਉਂਕਿ ਉਹ ਕੋਈ ਬਹੁਤੀ ਵੱਡੀ ਗੱਲ ਹੈ ਨਹੀਂ। ਜੇ ਲਿਸਟਾਂ ਤਿਆਰ ਨੇ, ਜੇ ਵੋਟਾਂ ਬਣੀਆਂ ਨੇ, ਤਾਂ ਲਿਸਟਾਂ ਵੀ ਇਹਨਾਂ ਕੋਲ ਹੈਗੀਆਂ ਨੇ, ਠੀਕ ਹੈ ਨਾ ਜੀ? ਉਹ ਸਾਨੂੰ ਲਿਸਟਾਂ ਪ੍ਰੋਵਾਈਡ ਕਰਵਾ ਦੇਣ ਤਾਂ ਅਸੀਂ ਬਹੁਤ ਸਰਕਾਰ ਦਾ ਬਹੁਤ ਧੰਨਵਾਦ ਕਰਾਂਗੇ, ਜਿੱਥੇ ਸਾਡੀ ਸਪੋਰਟ ਹੋਏਗੀ ਉੱਥੇ ਅਸੀਂ ਸਰਕਾਰ ਦੀ ਵੀ ਪੂਰੀ ਸਪੋਰਟ ਕਰਾਂਗੇ ਜੀ। ਬਿਲਕੁਲ ਜੀ। ਗੁਰਪ੍ਰੀਤ ਜੀ, ਇਹ ਤੁਸੀਂ ਠੀਕ ਹੈ, ਤੁਸੀਂ ਖੱਜਲ ਖੁਆਰ ਹੋ ਰਹੇ ਹੋ ਦਫ਼ਤਰਾਂ ਦੇ ਵਿੱਚ ਜਾ ਰਹੇ ਹੋ, ਚਾਹੇ ਇੱਕ ਅਫਸਰ ਦੀ ਗੱਲ ਕਰੀਏ ਦੂਜੇ ਅਫਸਰ ਦੀ ਗੱਲ ਕਰੀਏ ਤਾਂ ਗੇੜੇ ਲਵਾਏ ਜਾ ਰਹੇ ਨੇ, ਪਰ ਦੂਜੇ ਪਾਸੇ ਜਦੋਂ ਆਪਾਂ ਵੀਡੀਓਜ਼ ਦੇਖਦੇ ਹਾਂ ਜਾਂ ਇੱਕ ਸਰਪੰਚੀ ਦੀ ਇੱਕ ਵੀਡੀਓ ਵਾਇਰਲ ਹੈ, ਜਿਹੜੀ ਸਰਪੰਚੀ ਉਹ 35 ਲੱਖ ਤੋਂ ਸ਼ੁਰੂ ਹੋ ਕੇ ਅੱਜ 2 ਕਰੋੜ ਤੱਕ ਪਹੁੰਚ ਗਈ ਹੈ, ਕਿਵੇਂ ਦੇਖਦੇ ਹੋ ਇਸ ਚੀਜ਼ ਨੂੰ? ਕਿਉਂਕਿ ਤੁਸੀਂ ਵੀ ਸਰਪੰਚੀ ਲੜਨ ਜਾ ਰਹੇ ਹੋ, ਇਹੋ ਜਿਹਾ ਕੀ ਹੈ ਸਰਪੰਚੀ ਦੇ ਵਿੱਚ? ਕੀ ਪੈਸੇ ਜ਼ਿਆਦਾ ਬਣਦੇ ਨੇ ਜਾਂ ਗ੍ਰਾਂਟਾਂ ਖਾਣ ਦੀ ਗੱਲ ਕਰੀਏ ਜਾਂ ਕੁਛ ਕੀ ਹੁੰਦਾ ਕੀ ਹੈ, ਪੈਸੇ ਕਿੰਨੇ ਮਿਲਦੇ ਨੇ ਇੱਕ ਸਰਪੰਚ ਨੂੰ, ਕਿੰਨੀ ਤਨਖਾਹ ਕਿੰਨੀ ਹੁੰਦੀ ਹੈ ਇੱਕ ਸਰਪੰਚ? ਐਕਚੁਅਲੀ ਭਾਅ ਜੀ, ਜੇ ਤਾਂ ਮੈਂ ਆਪਣੀ ਗੱਲ ਕਰਾਂ, ਮੇਰਾ ਜਿਹੜਾ ਮਤਲਬ ਆਪਣਾ ਮੇਨ ਮੋਟਿਵ ਹੈਗਾ ਕਿ ਲੋਕਾਂ ਦੀ ਸੇਵਾ ਕਰਨੀ, ਆਪਣੇ ਲੋਕਾਂ ਦੀ ਸੇਵਾ ਕਰਨੀ, ਪਿੰਡ ਦੇ ਵਿਕਾਸ ਲਈ ਸੋਚਣਾ ਸੀ, ਕਿਉਂਕਿ ਲਾਸਟ ਟਾਈਮ ਤੁਸੀਂ ਸਾਡੇ ਪਿੰਡ ਦੇ ਵਿੱਚ ਅਗਰ ਚੱਕਰ ਲਗਾਓਗੇ, ਪਿਛਲੇ 5 ਸਾਲਾਂ ਦੇ ਵਿੱਚ 0 ਵਰਕ ਹੋਇਆ ਹੈਗਾ, ਅਤੇ ਅਸੀਂ ਸਿਰਫ ਇਹੀ ਗੱਲ ਕਰਨੇ ਵੀ ਸਾਨੂੰ ਅੱਗੇ ਆਉਣ ਦੀ ਲੋੜ ਕਿਉਂ ਪਈ ਹੈ? ਉਹ ਇਸੇ ਕਰਕੇ ਪਈ ਹੈ ਕਿ ਪੁਰਾਣੇ ਬੰਦੇ ਨੇ ਕੰਮ ਹੀ ਨਹੀਂ ਕੀਤਾ। ਸਾਨੂੰ, ਅਸੀਂ ਲੋਕਾਂ 'ਚ ਵਿਚਰਦੇ ਹਾਂ, ਆਪਣੇ ਭਾਈਚਾਰੇ 'ਚ ਵਿਚਰਦੇ ਹਾਂ, ਸਭ ਦਾ ਇੱਕੋ ਹੀ ਰੁਝਾਵ ਹੁੰਦਾ ਕਿ ਵੀਰੇ ਆਪਣੇ ਕੰਮ ਨਹੀਂ ਹੋਏ, ਤੁਸੀਂ ਅੱਗੇ ਆਓ, ਤੁਸੀਂ ਅੱਗੇ ਆਓ, ਤੁਸੀਂ ਪੜ੍ਹੇ ਲਿਖੇ ਹੋ, ਤੁਸੀਂ ਅੱਗੇ ਆਓ। ਇਸ ਕਰਕੇ ਸਾਨੂੰ ਅੱਗੇ ਆਉਣਾ ਪਿਆ, ਜੇ ਅਸੀਂ ਹੁਣ ਅੱਗੇ ਆਏ ਹਾਂ ਤਾਂ ਸਾਡੇ ਨਾਲ ਧੱਕਾ ਹੀ ਹੋ ਰਿਹਾ, ਇਹ ਸਾਡੇ ਨਾਲ ਧੱਕਾ ਹੀ ਹੋ ਰਿਹਾ। ਬਾਕੀ ਰਹੀ ਗੱਲ ਜਿਹੜੀ ਤੁਸੀਂ ਦੱਸੀ ਹੈ ਕਿ 35 ਲੱਖ ਤੋਂ ਸ਼ੁਰੂ ਹੋ ਕੇ 2 ਕਰੋੜ ਰੁਪਏ ਤੱਕ ਪਹੁੰਚ ਗਈ ਹੈ, ਇਹਦੇ ਵਿੱਚ ਦੇਖੋ ਮੈਂ ਜਿਹੜੀ ਗੱਲ ਸੋਚਦਾ ਕਿ ਹਰ ਇੱਕ ਬੰਦੇ ਦਾ ਆਪਣਾ ਆਪਣਾ ਨਜ਼ਰੀਆ ਹੈਗਾ ਸੋਚਣ ਦਾ, ਸਾਡਾ ਨਜ਼ਰੀਆ ਹੈਗਾ ਕਿ ਲੋਕਾਂ ਦੀ ਸੇਵਾ ਕਰਨਾ, ਲੋਕਾਂ ਦੇ ਵਿੱਚ ਵਿਚਰਨਾ। ਬਾਕੀ ਲੋਕ ਇਸ ਨੂੰ ਕਿਸ ਵੇਵ ਨਾਲ ਦੇਖਦੇ ਨੇ ਉਹ ਹਰ ਇੱਕ ਬੰਦੇ ਦੀ ਭਾਅ ਜੀ ਆਪਣੀ ਆਪਣੀ ਥਿੰਕਿੰਗ ਹੈਗੀ ਹੈ। ਲੱਗਦਾ ਨਹੀਂ ਹੈ ਲੋਕਤੰਤਰ ਦਾ ਘਾਣ ਹੋ ਰਿਹਾ, ਇੱਕ ਪਾਸੇ ਕਹਿ ਰਹੇ ਨੇ ਕਿ ਬੰਦੇ ਚੁਣਦੇ ਸੀਗੇ ਵੋਟਾਂ ਪਾ ਕੇ, ਇੱਕ ਨੁਮਾਇੰਦਾ ਚੁਣਿਆ ਜਾਂਦਾ ਸੀਗਾ, ਉਹ ਆਪਣੀ ਜਿਹੜੀ ਲੋਕਾਂ ਦੀ ਗੱਲ ਹੈ ਸਰਕਾਰ ਸਾਹਮਣੇ ਰੱਖਦਾ ਸੀ, ਪਰ ਹੁਣ ਜਦੋਂ ਖਰੀਦ ਕੇ ਰੱਖੇ ਜਾਣਗੇ, ਕੀ ਉਹ ਲੋਕਾਂ ਦੀ ਗੱਲ ਸਰਕਾਰ ਤੱਕ ਪਹੁੰਚਾਏਗਾ, ਕੀ ਉਹਨਾਂ ਦੇ ਕੰਮ ਕਰਾਊਗਾ? ਸਵਾਲ ਤਾਂ ਇੱਥੇ ਖੜ੍ਹੇ ਹੋਣਗੇ ਨਾ ਭਾਅ ਜੀ। ਮੈਨੂੰ ਤਾਂ ਲੱਗਦਾ ਨਹੀਂ, ਜੋ ਬੰਦਾ, ਮੈਂ ਤਾਂ ਕਈ ਗੱਲ ਕਰਦਾ, ਜੋ ਬੰਦਾ ਇੰਨਾ ਪੈਸਾ ਲਾ ਕੇ ਸਰਪੰਚੀ 'ਚ ਖੜ੍ਹਾ, ਉਹ ਪੈਸਾ ਉਹ ਪਿੰਡ 'ਤੇ ਹੀ ਲਾ ਦੇ, ਬੱਚਿਆਂ ਲਈ, ਕੋਈ ਸਪੋਰਟਸ ਲਈ, ਕੋਈ ਮੈਡੀਕਲ ਲਈ, ਕੋਈ ਗਰੀਬ ਦਬਕੇ ਦਾ ਹੈਗਾ, ਕੋਈ ਬੱਚੀ ਦੇ ਮੈਰਿਜ ਲਈ, ਉਹ ਉਹਨਾਂ ਪੈਸਾ ਉੱਧਰ ਹੀ। ਇਹ ਇੱਕ ਸ਼ੋਸ਼ੇਬਾਜ਼ੀ ਵੀ ਮੈਨੂੰ ਇਹਦੇ 'ਚ ਨਜ਼ਰ ਆ ਰਹੀ ਹੈ ਕਿ ਲੋਕਾਂ ਕੋਲ ਪੈਸਾ ਇਸ ਬੇਕਦਰ ਨਜਾਇਜ਼ ਹੋ ਗਿਆ ਕਿ ਜੋ ਇੰਨਾ ਇੰਨਾ ਪੈਸਾ ਲਗਾ ਕੇ ਸਰਪੰਚੀ ਦੇ ਵਿੱਚ ਆ ਰਹੇ ਨੇ ਕਿ ਉਹ ਲੋਕਾਂ ਦੀ ਵੈਸੀ ਮਦਦ ਕਰਨ, ਵੈਸੀ ਹੈਲਪ ਕਰਨ। ਜੇ ਤੁਸੀਂ ਖੜ੍ਹੇ ਹੋ ਤਾਂ ਤੁਸੀਂ ਆਪਣੇ ਪਿੰਡ ਲਈ, ਆਪਣੇ ਸਰਵਪੱਖੀ ਵਿਕਾਸ ਲਈ, ਬੱਚਿਆਂ ਲਈ, ਤੁਸੀਂ ਵੱਧ ਤੋਂ ਵੱਧ ਚੜ੍ਹ ਕੇ ਸੋਚੋ ਉਸ ਗੱਲ ਨੂੰ ਜੀ। ਭਾਅ ਜੀ, ਤੁਹਾਡਾ ਕੀ ਖਿਆਲ ਹੈ, ਜਿਹੜੀ ਸਰਪੰਚੀ ਆ 35 ਤੋਂ ਸ਼ੁਰੂ ਹੋਈ 2 ਕਰੋੜ ਤੱਕ ਪਹੁੰਚ ਗਈ ਹੈ, ਕੀ ਲੱਗਦਾ ਵੀ ਇਹਦਾ ਅਸਰ ਆਮ ਲੋਕਾਂ 'ਤੇ ਪਊਗਾ? ਕੀ ਤੁਸੀਂ ਦੇ ਪਾਓਗੇ ਜੇ ਕੱਲ੍ਹ ਤੁਸੀਂ ਸਰਪੰਚੀ 'ਚ ਖੜ੍ਹਦੇ ਹੋ ਇੱਕ ਆਮ ਬੰਦਾ? ਸਰ ਬਿਲਕੁਲ, ਇਹ ਤਾਂ ਸੁਧਾ ਹੀ ਕਹਾਣ ਹੈ ਜਿੱਦਾਂ ਤੁਸੀਂ ਕਿਹਾ ਪਹਿਲਾਂ, ਇਹ ਤੁਸੀਂ ਆਪੇ ਜਵਾਬ ਦੇ ਦਿੱਤਾ, ਕਹਾਣ ਹੈ ਜਿਹੜਾ 2 ਕਰੋੜ ਲਾਊਂਗਾ ਪਹਿਲਾਂ ਤੋਂ ਆਪਣੇ ਪੂਰੇ ਕਰੇਗਾ, 2 ਦੇ 4 ਕਰੇਗਾ। ਇਹੋ ਜਿਹਾ ਕੀ ਹੁੰਦਾ ਸਰਪੰਚੀ ਦੇ ਵਿੱਚ? ਸਾਡੇ ਸਮਝ ਹੀ ਨਹੀਂ ਹੈ ਜੀ ਵੀ ਇਹਨਾਂ ਨੇ ਦੇਖਿਆ ਕੀ ਹੈ, ਉਹੀ ਬਿਲ ਬਾਈ ਵਾਲੀ ਗੱਲ ਕੈਂਡੀਡੇਟ ਵੀ ਜਿਹੜਾ ਇੰਨਾ ਪੈਸਾ ਲਾਇਆ ਪਿੰਡ ਦੇ ਵਿਕਾਸ 'ਤੇ ਲਾਓ, ਸੜਕਾਂ ਬਣਾ ਦਿਓ, ਪਹਿਲਾਂ ਹੀ ਆਪਣੇ ਆਪ ਨੂੰ ਪੇਸ਼ ਕਰ ਦਿਉ, ਇੱਥੇ ਤੱਕ ਪਹੁੰਚਣ ਦੀ ਲੋੜ ਹੀ ਨਹੀਂ ਹੈ, ਫਿਰ ਆਪ ਹੀ ਸਰਬਸੰਮਤੀ ਨਾਲ ਖੜਾ ਬਣਾ ਲੈਣਾ ਸੀ। ਸਕੂਲਾਂ 'ਤੇ ਲਾਓ, ਸਕੂਲਾਂ ਦਾ ਬੁਰਾ ਹਾਲ ਹੈ ਪੰਜਾਬ 'ਚ, ਹਲੇ ਵੀ ਹੈ ਕੋਈ ਧੀਆਂ ਬੈਠੀਆਂ ਘਰਾਂ 'ਚ, ਉਹਨਾਂ ਦੇ ਵਿਆਹ ਕਰ ਦਿਉ ਵਿਚਾਰੀਆਂ ਦੇ, ਕੋਈ ਸਕੂਲ ਬੱਚਾ ਨਹੀਂ ਜਾ ਰਿਹਾ ਉਹਨਾਂ ਦੀਆਂ ਫੀਸਾਂ ਪੇ ਕਰ ਦਿਉ, ਆਪੇ ਤੁਸੀਂ ਸਰਪੰਚ ਬਣ ਜਾਣਾ ਬੈਠੇ ਬਿਠਾਏ। ਸੋ ਸਾਡੀ ਸਰਕਾਰ ਨੂੰ ਲਾਸਟ 'ਚ ਇੱਕ ਇਹੀ ਬੇਨਤੀ ਹੈ ਜੀ
ਵੀ ਇਹ ਸਾਨੂੰ ਨਹੀਂ ਪਤਾ ਸਰਕਾਰ ਤੋਂ ਵਾਕਈ ਭਾਅ ਜੀ ਵਾਲੀ ਗੱਲ ਵੀ ਸਾਨੂੰ ਉਮੀਦਾਂ ਨੇ ਵੀ ਆਹ ਜਿਹੜੀ ਗੱਲ ਹੈ ਨਾ ਜਿਹੜੀ ਇਹ ਜਿਹੜੀ ਅਫਸਰਸ਼ਾਹੀ ਦਾ ਇਸ ਟਾਈਮ ਦਬਦਬਾ ਹੈ ਇਹ ਖਤਮ ਹੋਣਾ ਚਾਹੀਦਾ। ਆਹ BDPO ਦਾ ਸੁਧਾ ਹੀ ਧੱਕਾ ਕਰ ਰਿਹਾ, ਕੋਈ ਸਵੇਰ ਦਾ ਪਰਸੋਂ ਫਰਾਈਡੇ ਦਾ ਸਾਨੂੰ ਧੱਕੇ ਖਿਲਾ ਰਹੇ। ਮੇਰੇ ਭਾਈ ਸਾਹਿਬ ਜਲਾਲੂਦੀਨ ਜੀ, ਇਹਨਾਂ ਦਾ ਫੋਨ ਨੰਬਰ ਲੈ ਲਿਆ, ਮੈਂ ਤੁਹਾਨੂੰ ਫੋਨ ਕਰ ਰਿਹਾ ਸ਼ਾਮ ਨੂੰ, ਹੁਣ ਤੱਕ ਨਹੀਂ ਆਇਆ। ਇਹ ਤਾਂ ਸਵੇਰੇ ਭਾਸਕਰ 'ਚ ਨਿਊਜ਼ ਲਾਈ ਤੁਹਾਡੇ ਵਰਗੇ ਭਰਾ ਨੇ ਤਾਂ ਕਿਤੇ, ਨਹੀਂ ਤਾਂ ਆਮ ਬੰਦੇ ਨੂੰ ਕੌਣ ਪੁੱਛਦਾ? ਇੱਥੇ ਹੈ ਕੋਈ ਸੁਣਾਈ? ਤੁਸੀਂ ਦੇਖ ਹੀ ਲਿਆ ਸਵੇਰ ਦੇ ਧੱਕੇ ਖਾ ਰਹੇ ਹਾਂ ਅਸੀਂ, ਕੋਈ ਸਰਪੰਚ ਨਹੀਂ ਬਣਾ ਠਾਂ ਵਾਲੀ ਸਰਪੰਚੀ ਹੋ ਗਈ ਉਹ ਗੱਲ ਕਹਿ ਸਕਦੇ? ਬਿਲਕੁਲ ਜੀ ਬਿਲਕੁਲ, ਇਹ ਤਾਂ ਹੈ ਹੀ ਹੈ। ਔਰ ਦੂਜੀ ਗੱਲ, ਆਮ ਬੰਦੇ ਦੀ ਅੱਜ ਵੀ ਕੋਈ ਸੁਣਾਈ ਨਹੀਂ ਹੈ। ਜੇ ਹੁੰਦੀ ਨਾ ਤਾਂ ਇਹ ਵੋਟ ਨਹੀਂ ਕੱਟਣੀ ਸੀ ਔਰ ਸਾਨੂੰ ਇੰਨਾ ਘਾਣ ਨਹੀਂ ਕਰਨਾ ਪੈਣਾ, ਰਿਪੋਰਟ ਬਣ ਕੇ ਸਾਨੂੰ ਇਹਨਾਂ ਨੂੰ ਕਹਿਦਾ ਮੈਸੇਜ ਹੁਣ ਤੱਕ ਆ ਜਾਣਾ ਸੀ। ਦੂਜਾ ਫਿਰ ਮੇਰੀ ਉਹੀ ਗੱਲ ਹੈ, ਸਰਕਾਰ ਨੂੰ ਅਪੀਲ ਹੈ ਕਿ ਇਸ ਇਹਨਾਂ ਅਫਸਰਾਂ 'ਤੇ ਜਿਨ੍ਹਾਂ ਨੇ ਗੜਬੜੀ ਕੀਤੀ ਹੈ ਇਹਨਾਂ ਪਰ ਐਕਸ਼ਨ ਤੁਰੰਤ ਲਿਆ ਜਾਵੇ ਔਰ ਅੱਗੇ ਨੂੰ ਜਿਹੜਾ ਆਮ ਬੰਦਾ ਪਰੇਸ਼ਾਨ ਨਾ ਹੋ। 330 ਵੋਟ ਜਿਹੜੀ ਕੱਟੀ ਹੈ, 1336 ਵੋਟ 'ਚੋਂ 330 ਵੋਟ ਕੱਟੀ ਹੈ, ਤਾਂ ਇਹਦਾ ਮਤਲਬ ਆਹੀ ਹੈ ਕਿ ਆਪਣਾ ਸਰਪੰਚ ਚੁਣਨਾ ਚਾਹੁੰਦੇ ਹੈ ਜੀ। ਬਿਲਕੁਲ, ਇਹ ਸਰਾਸਰ ਧੋਖਾ ਹੈ ਜੀ ਸਾਡੇ ਨਾਲ। 303 ਵੋਟ ਸਾਡੀ ਕੱਟੀ ਗਈ ਹੈ ਜੀ। ਸੋ ਬਾਕੀ ਇਹ ਵੀ ਕਿਸੇ ਦਾ ਨਹੀਂ ਹੋ, ਨਹੀਂ ਹੈ ਜੀ, ਨਹੀਂ ਹੈ। ਸਰਕਾਰ ਤੋਂ ਉਮੀਦ ਹੈ ਸਾਨੂੰ, ਚਲੋ ਵੀ ਜਿਹੜਾ ਡਿਸੀਜਨ ਆਉਣਾ ਹੈ ਸ਼ਾਮ ਤੱਕ, ਜੋ ਹੁਣ ਹੀ ਸਾਨੂੰ ਲੱਗਿਆ ਪਤਾ 303 ਵੋਟਾਂ ਉਹ ਸਾਡੇ ਹੱਕ 'ਚ ਆ ਜਾਣੀਆਂ ਅਤੇ ਆਪਾਂ ਆਪਣਾ ਕੁਛ ਨਾ ਕੁਛ ਕਰ ਸਕੋਗੇ, ਕਿਉਂਕਿ ਨਹੀਂ ਤਾਂ ਤੁਹਾਨੂੰ ਪਤਾ ਪਿੰਡ ਦਾ ਔਰ ਪਹਿਲਾਂ ਹੀ ਮਸਲਾ ਇਹ ਚੱਲ ਪੈਂਦਾ। ਹੁਣ ਆਸ਼ਵਾਸਨ ਦਿੱਤਾ ਤੁਹਾਨੂੰ ਉਹਨਾਂ ਨੇ? ਦੇਖੋ ਹੁਣ ਕਹਿ ਰਹੇ ਹਾਂ ਜੀ, ਰਿਪੋਰਟ ਆ ਰਹੀ ਹੈ ਸਵੇਰ ਦੀ, ਪਹਿਲਾਂ ਦੌੜ ਭੱਜ ਚੱਲ ਰਹੀ ਸੀ, ADC ਮੈਡਮ ਕੋਲ ਵੀ ਗਏ, ਉਹਨਾਂ ਨੇ SDM ਮੈਡਮ ਕੋਲ ਭੇਜਿਆ, ਅਤੇ ਉਹ ਆਸ਼ਵਾਸਨ ਹੀ ਹੈ ਜੀ, ਫਰਾਈਡੇ ਦਾ ਆਸ਼ਵਾਸਨ ਹੀ ਆਸ਼ਵਾਸਨ ਹੈ, ਬਾਕੀ ਦੇਖਦੇ ਹਾਂ ਕੀ ਬਣਦਾ। ਤਾਂ ਇਹ ਸਨ ਅਲੱਗ ਅਲੱਗ ਪਿੰਡਾਂ ਦੇ ਉਹ ਮੋਦਵਾਰ ਬੰਦੇ ਜਿਹੜੇ ਆਪਣੀ ਵੋਟ ਦੇ ਲਈ, ਅਤੇ ਦੂਜੇ ਪਾਸੇ ਇੱਕ ਨੌਜਵਾਨ ਖੜਾ ਹੈਗਾ ਜਿਸ ਦੀ ਸਰਪੰਚੀ ਦੇ ਲਈ ਆਪਣੀ ਜਿਹੜੀ ਹੈਗੀ ਆ ਜੱਦੋ ਜਹਿਦ ਕਰ ਰਿਹਾ ਹੈਗਾ, ਦਫ਼ਤਰਾਂ ਦੇ ਗੇੜੇ ਖਾ ਰਿਹਾ ਹੈਗਾ। ਪਿਛਲੇ 26 ਤਰੀਕ ਤੋਂ ਕਹਿ ਰਿਹਾ ਕਿ ਮੈਂ ਗੇੜੇ ਖਾ ਰਿਹਾ, ਪਰ ਹਾਲੇ ਤੱਕ ਜਿਹੜੀ ਆ ਕੋਈ ਵੀ ਜਿਹੜੀ ਹੈਗੀ ਉਹਦੀ ਸੁਣਵਾਈ ਨਹੀਂ ਹੋਗੀ ਦਫ਼ਤਰਾਂ 'ਚੋਂ, ਇੱਕ ਦਫ਼ਤਰ ਤੋਂ ਦੂਜੇ ਦਫ਼ਤਰ, ਚਾਹੇ BDPO ਦਫ਼ਤਰ ਦੀ ਗੱਲ ਕਰ ਲਈਏ, ADC ਦਫ਼ਤਰ ਦੀ ਗੱਲ ਕਰ ਲਈਏ, ਚਾਹੇ SDM ਦਫ਼ਤਰ ਦੀ ਗੱਲ ਕਰ ਲਈਏ, ਤਾਂ ਜ਼ਰੂਰ ਉਹਨਾਂ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਕਿ ਕਿਉਂ ਜਿਹੜੇ ਹੈਗੇ ਨੇ ਲੋਕਾਂ ਨੇ ਇਹਨਾਂ ਵਿੱਚ ਪਰੇਸ਼ਾਨੀ ਕੀ ਆ ਰਹੀ ਹੈਗੀ ਆ। ਜਦੋਂ ਵੋਟ ਪਹਿਲਾਂ 2022 ਦੇ ਵਿੱਚ ਪਈ ਹੋਈ ਹੈ, 2024 ਲੋਕ ਸਭਾ ਦੇ ਵਿੱਚ ਪਈ ਹੋਈ ਹੈ, ਤਾਂ ਫਿਰ ਹੁਣ ਜਿਹੜੀ ਹੈਗੀਆਂ ਸਰਪੰਚੀ ਦੀਆਂ ਵੋਟਰ ਸੂਚੀ ਦੇ ਵਿੱਚ ਉਹਦਾ ਨਾਮ ਕਿਉਂ ਨਹੀਂ ਪਾਇਆ ਗਿਆ? ਤਾਂ ਇਸ ਬਾਬਤ ਜਦੋਂ SDM ਮੋਹਾਲੀ ਦਮਨਦੀਪ ਕੌਰ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਨੇ ਕਿਹਾ ਕਿ ਕੈਮਰੇ ਸਾਹਮਣੇ ਨਹੀਂ ਆਏ, ਪਰ ਉਹਨਾਂ ਨੇ ਜੋ ਕਿਹਾ ਉਹਨਾਂ ਨੇ ਜਿਹੜੀਆਂ ਇੰਸਟਰਕਸ਼ਨਸ ਨੇ ਆਪਣੇ ਜਿਹੜੇ ਨਿਚਲੇ ਅਧਿਕਾਰੀ ਨੇ ਉਹਨਾਂ ਨੂੰ ਦੇ ਦਿੱਤੀਆਂ ਗਈਆਂ ਨੇ ਕਿ ਇਸ ਤਰ੍ਹਾਂ ਪਬਲਿਕ ਨੂੰ ਹਰਾਸ਼ ਨਾ ਕੀਤਾ ਜਾਵੇ। ਜਦੋਂ ਵੀ ਪਬਲਿਕ ਦਾ ਕੋਈ ਵੀ ਨੁਮਾਇੰਦਾ ਜਾਂ ਪਬਲਿਕ ਦੇ ਵਿੱਚੋਂ ਕੋਈ ਵੀ ਬੰਦਾ ਆਉਂਦਾ ਹੈ ਤਾਂ ਉਹਦੀ ਗੱਲ ਹੈ ਪਹਿਲ ਦੇ ਆਧਾਰ 'ਤੇ ਸੁਣੀ ਜਾਵੇ। ਤਾਂ ਜਿਹੜੀ ਇਹ ਵੋਟਰ ਸੂਚੀ ਦੀ ਗੱਲ ਚੱਲ ਰਹੀ ਸੀ, ਜਿਹੜੀ ਤਕਰੀਬਨ ਕੁਛ ਪਿੰਡ ਵਾਸੀਆਂ ਨੇ ਇਲਜ਼ਾਮ ਆਰੋਪ ਲਗਾਏ ਸੀਗੇ ਕਿ ਤਕਰੀਬਨ 300 ਦੇ ਕਰੀਬ ਜਿਹੜੀਆਂ ਹੈਗੀਆਂ ਨੇ ਉਹ ਵੋਟਾਂ ਕੱਟ ਦਿੱਤੀਆਂ ਗਈਆਂ ਨੇ, ਤਾਂ ਉਹਨਾਂ ਨੂੰ ਜਲਦ ਹੀ ਜਿਹੜਾ ਠੀਕ ਕੀਤਾ ਜਾਵੇਗਾ। ਪਰ ਇੱਕ ਸਵਾਲ ਇਹ ਉੱਠਦਾ ਹੈ ਕਿ ਜਦੋਂ ਇਹ ਲਿਸਟਾਂ ਬਣਾਈਆਂ ਜਾਂਦੀਆਂ ਨੇ ਜਾਂ ਜਦੋਂ ਪਿੰਡ ਜਿਹੜੇ BLO ਜਾਂ ਜਿਹੜੇ ਵੀ ਅਧਿਕਾਰੀਆਂ ਦੀ ਡਿਊਟੀ ਲੱਗਦੀ ਹੈਗੀ ਆ, ਤਾਂ ਉਸ ਸਮੇਂ ਜਾ ਕੇ ਉਹ ਚੈੱਕ ਕਿਉਂ ਨਹੀਂ ਕਰਦੇ? ਕਿਉਂ ਉਹਨਾਂ ਦੀਆਂ ਵੋਟਾਂ ਕੱਟੀ ਜਾਂਦੀਆਂ ਨੇ? ਕੀ ਇਸ ਦੇ ਪਿੱਛੇ ਆਪਾਂ ਪੋਲੀਟੀਕਲੀ ਕਿਸੇ ਦਾ ਹੱਥ ਕਹਿ ਸਕਦੇ ਹਾਂ? ਜਾਂ ਜਿਹੜੀ ਵੋਟਾਂ ਕੱਟੀ ਜਾਂਦੀਆਂ ਨੇ ਜਦੋਂ ਉਹ ਕੱਟਦੇ ਨੇ ਜਾਂ ਬਣਾਉਂਦੇ ਨੇ, ਜਦੋਂ ਬਣਾਉਣ ਲੱਗੇ ਤਾਂ ਕਾਗਜ਼ ਲੈਂਦੇ ਨੇ, ਪਰ ਜਦੋਂ ਕੱਟਦੇ ਨੇ ਉਸ ਸਮੇਂ ਕਿਉਂ ਨਹੀਂ ਧਿਆਨ ਦਿੱਤਾ ਜਾਂਦਾ? ਤਾਂ ਉਹਨਾਂ ਅਧਿਕਾਰੀਆਂ ਦੇ ਉੱਪਰ ਸਵਾਲ ਜ਼ਰੂਰ ਖੜ੍ਹੇ ਹੁੰਦੇ ਨੇ। ਪਰ ਜਿਵੇਂ SDM ਮੋਹਾਲੀ ਦਮਨਦੀਪ ਕੌਰ ਨੇ ਕਿਹਾ ਹੈਗਾ ਕਿ ਇਹਦੇ ਉੱਪਰ ਜਿਹੜੀਆਂ ਹਦਾਇਤਾਂ ਨੇ ਜਿਹੜੇ ਨਿਚਲੇ ਅਧਿਕਾਰੀਆਂ ਨੂੰ ਦੇ ਦਿੱਤੀਆਂ ਗਈਆਂ ਨੇ, ਹੁਣ ਆਉਣ ਵਾਲਾ ਸਮਾਂ ਦੱਸੂਗਾ ਕਿ ਹੁਣ ਇਸ ਦੇ ਵਿੱਚ ਜਿਹੜੀਆਂ ਉਹ ਲਿਸਟਾਂ ਦੇ ਵਿੱਚ ਦੁਬਾਰਾ ਉਹਨਾਂ ਦਾ ਨਾਮ ਜੋੜਿਆ ਜਾਵੇਗਾ, ਜੇ ਜੋੜਿਆ ਜਾਵੇਗਾ ਤਾਂ ਕਦ ਤੱਕ ਜਿਹੜਾ ਜੋੜਿਆ ਜਾਵੇਗਾ, ਤਾਂ ਜੋ ਉਹ ਆਪਣੀਆਂ ਸਰਪੰਚੀ ਦੀਆਂ ਵੋਟਾਂ ਪਾ ਸਕਣ, ਅਤੇ ਜਿਹੜੇ ਉਮੀਦਵਾਰ ਨੇ ਕਹਿ ਸਕਦੇ ਹਾਂ ਸਰਪੰਚੀ ਦੇ ਜਿਹੜੇ ਉਮੀਦਵਾਰ ਨੇ ਤਾਂ ਉਹ ਕਦੋਂ ਆਪਣੀ ਸਰਪੰਚੀ ਦੀਆਂ ਵੋਟਾਂ ਜਿਹੜੀਆਂ ਲੜ ਸਕਣਗੇ। ਕੈਮਰਾ ਪਰਸਨ ਨਿਸ਼ਾਨ ਸਿੰਘ ਦੇ ਨਾਲ ਔਨ ਏਅਰ ਲਈ ਮੋਹਾਲੀ ਤੋਂ ਕਰਨਵੀਰ ਸਿੰਘ ਰੰਧਾਵਾ ਦੀ ਰਿਪੋਰਟ।